ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਵਾਦ ਜਿਹੜਾ ਕਿ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ ਕਿਸੇ ਵੀ ਟੀਵੀ ਸੀਰੀਅਲ 'ਚ ਜਾਂ ਫਿਲਮ ਦੀ ਸ਼ੂਟਿੰਗ ਦੇ ਵਿੱਚ ਨਕਲੀ ਸੈਟਅਪ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਦਿਖਾਏ ਜਾਣਗੇ ਜਿਹੜਾ ਕਿ ਕੰਮ ਉਹਨਾਂ ਨੂੰ ਕਾਫੀ ਸਮੇਂ ਪਹਿਲਾਂ ਕਰ ਦੇਣਾ ਚਾਹੀਦਾ ਸੀ ਉਹ 2-3 ਦਿਨ ਪਹਿਲਾਂ ਇੱਕ ਪੰਜਾਬ ਦੇ ਸ਼ੂਟਿੰਗ ਦੇ ਸੈੱਟ ਦੇ ਵਿੱਚ ਜਦੋਂ ਇੱਕ ਲਾਈਵ ਸਾਡੇ ਵਰਗੇ ਬੰਦੇ ਨੇ ਛਾਪਾ ਮਾਰਿਆ ਤੇ ਉੱਥੇ ਰੰਗੇ ਹੱਥ ਪਕੜਿਆ ਕਿ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਮਰਜ਼ਾ ਸਰੂਪ ਬਣਾ ਕੇ ਜਿੱਥੇ ਪਾਲਕੀ ਦੇ ਵਿੱਚ ਇੱਕ ਸਹਰਾਣਾ ਰੱਖ ਕੇ ਉਤੋਂ ਚੋਟ ਸਾਹਿਬ ਕਰਦੇ ਹੋਏ ਨਕਲੀ ਫੇਰੇ ਕਰਦੇ ਹੋਏ ਦਿਖਾਏ ਜਾ ਰਹੇ ਸੀ ਕਿਹੇ ਵੀਰ ਨੂੰ ਪਤਾ ਲੱਗਿਆ ਤਾਂ ਉਹਨੇ ਮੌਕੇ ਤੇ ਪਹੁੰਚ ਰਹੀਏ ਉਤੇ ਕਾਰਵਾਈ ਕੀਤੀ ਔਰ ਇਹਦੀ ਵੀਡੀਓਗ੍ਰਾਫੀ ਕੀਤੀ ਹਹਾਕਾਰ ਮਚਿਆ ਕਮੇਟੀਆਂ ਹਰਕਤ ਵਿੱਚ ਆਈਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਉਤੇ ਇੱਕ ਲਗਾਮ ਕੱਸੀ ਔਰ ਇਹ ਗੱਲ ਹਿਦਾਇਤ ਦਿੱਤੀ ਮਤਾ ਪਾਸ ਕਰਤਾ ਕਿ ਕਿਸੇ ਵੀ ਟੀਵੀ ਸੀਰੀਅਲ 'ਚ ਜਾਂ ਫਿਲਮ ਦੀ ਸ਼ੂਟਿੰਗ 'ਚ ਨਕਲੀ ਸੈੱਟ ਬਣਾ ਕੇ ਮਹਾਰਾਜ ਦੇ ਸਰੂਪ ਪੇਸ਼ ਨਹੀਂ ਕੀਤੇ ਜਾਣਗੇ ਇਥੋਂ ਤੱਕ ਕੀ ਇਹ ਵੀ ਕਹਿ ਦਿੱਤਾ ਗਿਆ ਕਿ ਨਾ ਹੀ ਮਹਾਰਾਜ ਦੇ ਸਰੂਪ ਕਿਸੇ ਫਿਲਮ ਸ਼ੂਟਿੰਗ ਦੇ ਵਿੱਚ ਜਾਂ ਨਾਟਕਾ ਦੇ ਵਿੱਚ ਦਿਖਾਏ ਜਾਣਗੇ ਬਹੁਤ ਛਲਾਂਗਾ ਜੋਗ ਕੰਮ ਕੀਤਾ ਮਗਰ ਇਸੇ আਦੇਸ਼ ਤੋਂ ਵਿੱਚ ਹੀ ਇੱਕ ਇਸ ਤਰ੍ਹਾਂ ਦੀ ਦੁੱਖ ਭਰੀ ਘਟਨਾ ਨਿਕਲ ਕੇ ਆਈ ਜਿਹੜੀ ਮੈਂ ਸੰਗਤਾਂ ਦੇ ਨਾਲ ਸਾਂਝੀ ਕਰਨ ਜਾ ਰਿਹਾ ਪਿੱਛੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿਸ ਤਰੀਕੇ ਨਾਲ ਬੜੀ ਹੀ ਦੁਖਦਾਇਕ ਘਟਨਾ ਰੂਦਰਪੁਰ ਦੇ ਸਿਤਾਰਗੰਜ ਗੁਰਨਾਨਕ ਨਗਰੀ ਪਿੰਡ ਗੋਠਾ ਵਿੱਚ ਜੋ ਘਾਣਾ ਵਾਪਰਿਆ ਉਹ ਵਾਕਈ ਸਿੱਖ ਕੌਮ ਵਾਸਤੇ ਇੱਕ ਕਾਲੇ ਅੱਖਰਾਂ ਦੇ ਵਿੱਚ ਲਿਖੇ ਜਾਣ ਵਾਲਾ ਦਿਨ ਲਿਖਿਆ ਜਾਏਗਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਸ ਗੁਰੂ ਘਰਾਂ ਦੇ ਵਿੱਚ ਸੰਗਤ ਦੀ ਆਵਾਜ਼ਾਹੀ ਘੱਟ ਹੋਵੇ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਸ਼ਲਾੰਗਾ ਯੋਗ ਕੰਮ ਕੀਤਾ ਕਿ ਮਹਾਰਾਜ ਦੇ ਸਰੂਪ ਫਿਲਮ ਦੇ ਜਾਂ ਨਾਟਕਾਂ ਦੇ ਵਿੱਚ ਨਹੀਂ ਦਿਖਾਏ ਜਾਣਗੇ। ਉਥਰੇ ਮੈਂ ਉੱਥੇ ਹੀ ਐਸਜੀਪੀਸੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਗੁਰੂ ਘਰਾਂ ਦੇ ਵਿੱਚ ਸੰਗਤ ਦੀ ਆਵਾਜ਼ ਆਈ ਨਹੀਂ ਹੈਗੀ ਉਹ ਗੁਰੂ ਘਰਾਂ ਦੇ ਵਿੱਚੋਂ ਮਹਾਰਾਜ ਦੇ ਸਰੂਪ ਚੱਕ ਲਿੱਤੇ ਜਾਣ। ਇਹ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ। ਪਿੰਡ ਗੋਠਾ ਵਿੱਚ ਜਿਹੜੀ ਘਟਨਾ ਵਾਪਰੀ ਹੈ ਜਿਹਦੀ ਕੁਝ ਤਸਵੀਰਾਂ ਵੀ WhatsApp ਦੇ ਉੱਤੇ ਵਾਇਰਲ ਹੁੰਦੀਆਂ ਪਈਆਂ ਔਰ ਇੱਕ ਵਾਇਸ ਰਿਕਾਰਡਿੰਗ ਵੀ ਵਾਇਰਲ ਹੁੰਦੀ ਪਈ ਹੈ ਉਹ ਘਟਨਾ ਐਵੇਂ ਨਹੀਂ ਵਾਪਰੀ ਉਹ ਘਟਨਾ ਨੂੰ ਅੰਜਾਮ ਦੇਣ ਵਿੱਚ ਕਿਤੇ ਨਾ ਕਿਤੇ ਸਾਡੇ ਉਹ ਪ੍ਰਬੰਧਕ ਮੇਨ ਇਸ ਕੰਮ ਦੇ ਵਿੱਚ ਆਂਦੇ ਨੇ ਜਿਹੜੇ ਪ੍ਰਬੰਧਕ ਬਿਨਾਂ ਸੋਚੇ ਸਮਝੇ ਹਰ ਕਿਸੇ ਨੂੰ ਮਹਾਰਾਜਾ ਸਰੂਪ ਦੇ ਰਹਿੰਦੇ ਨੇ ਕਿ ਜਾਓ ਵੀ ਤੁਸੀਂ ਆਪਣਾ ਗੁਰਦੁਆਰਾ ਖੋਲ ਰਹੇ ਹੋ ਤੇ ਉਸ ਗੁਰਦੁਆਰੇ ਦੇ ਵਿੱਚ ਮਹਾਰਾਜਾ ਸਰੂਪ ਰੱਖ ਲਓ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਮੱਥੇ ਟਕਵਾ ਕੇ ਉਹ ਮਾਇਆ ਨੂੰ ਕੱਠੀ ਕਰੀ ਜਾਓ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਨੂੰ ਅੱਜ ਕਿ ਜਿਸ ਗੁਰਨਾਨਕ ਨਗਰੀ ਗੋਠਾ ਪਿੰਡ ਵਿੱਚ ਆ ਪਹਾਣਾ ਵਾਪਰਿਆ ਉਹ ਪਹਾਣਾ ਨਾ ਵਾਪਰਦਾ ਕਿਉਂਕਿ ਉੱਥੇ ਇੱਕ ਨਦੀ ਦੇ ਕਿਨਾਰੇ ਇੱਕ ਛੋਟਾ ਜਿਹਾ ਜੰਗਲ ਦੇ ਵਿੱਚ ਜਿਹੜੇ ਦੂਰ ਦੂਰ ਤੱਕ ਕੋਈ ਵੀ ਆਵਾਜ਼ ਨਹੀਂ ਉਸ ਗੁਰੂ ਘਰ ਦੇ ਵਿੱਚ ਗੋਠਾ ਪਿੰਡ ਦੇ ਵਿੱਚ ਜਿਹੜਾ ਭਾਣਾ ਵਾਪਰਿਆ ਉਹ ਤਾਂ ਹੀ ਹਿੰਮਤ ਪਈ ਕਿਸੇ ਦੀ ਕਿਉਂਕਿ ਉਹਨੂੰ ਪਤਾ ਸੀ ਇਸ ਗੁਰੂ ਘਰ ਦੇ ਵਿੱਚ ਕੋਈ ਆਂਦਾ ਜਾਂਦਾ ਨਹੀਂ ਹੈ। ਔਰ ਸਭ ਤੋਂ ਵੱਡੀ ਗਲਤੀ ਉਸ ਗੁਰੂ ਘਰ ਦੇ ਵਿੱਚ ਜਿਹੜਾ ਮਹਾਰਾਜ ਦੇ ਸਰੂਪ ਦੀ ਤਾਬਿਆ ਤੇ ਬਿੰਦਾ ਗਰੰਤੀ ਜਿਹਨੂੰ ਅਸੀਂ ਬੜੇ ਸਤਿਕਾਰ ਨਾਲ ਵਜ਼ੀਰ ਵੀ ਕਹਿ ਕੇ ਪੁਕਾਰਦੇ ਆ ਉਹ ਗਰੰਤੀ ਮਹਾਰਾਜਾ ਪ੍ਰਕਾਸ਼ ਕਰਨ ਤੋਂ ਬਾਅਦ ਉੱਥੋਂ ਨਿਕਲ ਗਿਆ ਜਿਹਦੇ ਨਾਲ ਗੁਰੂ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਜਿਹਦਾ ਫਾਇਦਾ ਉਸ ਬੰਦੇ ਨੇ ਚੱਕਿਆ ਔਰ ਮਹਾਰਾਜੇ ਸਰੂਪ ਨੂੰ ਅਗਨ ਭੇਟ ਕਰ ਦਿੱਤਾ ਕਿੰਨੀ ਮਾੜੀ ਗੱਲ ਹੈ ਆਪਣੀ ਕੌਮ ਵਾਸਤੇ ਜਿਸ ਕਰਕੇ ਮੈਨੂੰ ਅੱਜ ਵੀਡੀਓ ਬਣਾਉਣੀ ਪਈ ਸਿਰਫ ਇਸ ਕਰਕੇ ਕਿਵੇਂ ਭਾਈ ਹੱਥ ਜੋੜ ਕੇ ਬੇਨਤੀ ਕਰਦੇ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਆਵਾਜ਼ ਆਏ ਨਹੀਂ ਹੈ ਜਿੱਤੇ ਕਿ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਜ਼ਿੰਮੇਵਾਰੀ ਹਰ ਉਸ ਸਿੱਖ ਦੀ ਏ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪਿਤਾ ਮੰਨਦਾ ਹੋਵੇ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦਾ ਏ ਇਹ ਹਰ ਉਸ ਸਿੱਖ ਦੀ ਜ਼ਿੰਮੇਵਾਰੀ ਬਣ ਜਾਂਦੀ ਏ ਕਿ ਜਿੱਥੇ ਆਵਾਜ਼ਾਈ ਨਹੀਂ ਹੈ ਜਿੱਥੇ ਸੰਗਤ ਘਟੇ ਉੱਥੇ ਮਹਾਰਾਜ ਦਾ ਸਰੂਪ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਜਾਵੇ ਕਿਉਂਕਿ ਜਿੱਥੇ ਆਵਾਜ਼ ਆਈ ਨਹੀਂ ਹੋਏਗੀ ਜਿੱਥੇ ਸੰਗਤ ਨਹੀਂ ਹੋਏਗੀ ਜਿੱਥੇ ਗਰੰਥੀ ਸਿੰਘ ਤਾਬਿਆ ਤੇ ਨਹੀਂ ਬੈਠੇਗਾ ਜਿੱਥੇ ਕੋਈ ਸੇਵਾਦਾਰ ਬਾਹਰ ਨਿਕਲੋਤਾ ਹੋਏਗਾ ਕਿ ਗੁਰੂ ਘਰ ਦੇ ਅੰਦਰ ਕੋਈ ਹਰਕਤ ਨਾ ਹੋਵੇ ਉਸ ਗੁਰੂ ਘਰਾਂ ਦੇ ਵਿੱਚ ਇਹੋ ਜੀਆਂ ਹਰਕਤਾਂ ਰੋਜ਼ ਹੋਣਗੀਆਂ ਅਰੇ ਜ਼ਿੰਮੇਵਾਰ ਉਹ ਲੋਕ ਨਹੀਂ ਜਿਹੜੇ ਲੋਕ ਕਰਦੇ ਪਏ ਨੇ ਇਹਦੇ ਜ਼ਿੰਮੇਵਾਰ ਉਹ ਲੋਕ ਨੇ ਜਿਹੜੇ ਮਹਾਰਾਜਾ ਸਰੂਪ ਰੱਖ ਕੇ ਸਿਰਫ ਗੋਲ ਕਾਂ ਪਰਨ ਜੁਗ ਕੇ ਰਹਿ ਗਏ ਨੇ ਕਿਉਂਕਿ ਉਹ ਧਿਆਨ ਨਹੀਂ ਦੇ ਪਾਰੇ ਨਾ ਇਹਨਾਂ ਖਰਚਾ ਕਰ ਪੰਦੇ ਨੇ ਕਿ ਅਸੀਂ ਕੋਈ ਦੋ ਸੇਵਾਦਾਰ ਰੱਖ ਲਈਏ ਜਿਹੜੇ ਸੇਵਾਦਾਰ ਉੱਥੇ ਮਹਾਰਾਜੀ ਤਾਬਿਆਂ ਦੇ ਲਾਗੇ ਖਲੋਤੇ ਰਹਿਣ ਤਾਂ ਕਿ ਗੁਰੂ ਘਰ ਦੇ ਵਿੱਚ ਕੋਈ ਪਾਣਾ ਨਾ ਵਾਪਰ ਜੇ ਮਗਰ ਨਹੀਂ ਪਾਵੇਂ ਐਸਜੀਪੀਸੀ ਹੋਵੇ ਪਾਵੇਂ ਜਿਹੜੀਆਂ ਵੀ ਕਮੇਟੀਆਂ ਹੋਣ ਉਹਨਾਂ ਨੂੰ ਤਾਂ ਸਿਰਫ ਐਸੇ-ਐਸ ਚੀਜ਼ਾਂ ਨਾਲ ਉਦੋਂ ਇਹਨਾਂ ਦੀ ਨੀਂਦ ਖੁੱਲਦੀ ਏ ਜਦੋਂ ਕੋਈ ਭਾਣਾ ਵਾਪਰ ਜਾਂਦਾ ਹੁਣ ਇਹਨਾਂ ਵੱਡਾ ਕਾਰਾ ਹੁੰਦਾ ਪਿਆ ਸੀ ਕਿ ਸ਼ੂਟਿੰਗ ਦੇ ਵਿੱਚ ਜਦੋਂ ਵੀਡੀਓ ਵਾਇਰਲ ਹੋਈਆਂ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੀਂਦ ਤੋਂ ਜਾਗੀ ਤੇ ਉਹਨਾਂ ਨੇ ਇੱਕ ਬਤਾ ਪਾਸ ਕਰ ਦਿੱਤਾ ਮੈਂ ਸੰਗਤ ਨੂੰ ਅਪੀਲ ਕਰਨਾ ਚਾਹਨਾ ਕਿ ਜਿਹੜੀਆਂ ਬੇਦਮੀਆ ਹੁੰਦੀਆਂ ਪਈਆਂ ਉਸ ਬੇਦਬੀਆਂ ਦਾ ਅਸਲੀ ਦੋਸ਼ੀ ਕੋਣ ਹੈ ਸਾਨੂੰ ਉਹਦੀ ਗਹਿਰਾਈ ਨਾਲ ਸੋਚਣਾ ਪਏਗਾ ਅਸਲੀ ਦੋਸ਼ੀ ਉਹੀ ਨੇ ਜਿਹੜੇ ਮਹਾਰਾਜ ਦੇ ਸਰੂਪ ਤਾਂ ਤੇ ਰੰਦੇ ਨੇ ਕੋਈ ਇਨਕਵਾਰੀ ਨਹੀਂ ਕਰਦੇ ਕੋਈ ਇਹ ਚੀਜ਼ ਨਹੀਂ ਚੈੱਕ ਕਰਦੇ ਕਿ ਜਿੱਥੇ ਮਹਾਰਾਜ ਦੇ ਸਰੂਪ ਨੇ ਜਾ ਕੇ ਵਿਰਾਜਮਾਨ ਹੋਣਾ ਉਹ ਜਗ੍ਹਾ ਉਹ ਸਥਾਨ ਉਹ ਗੁਰੂ ਸਾਹਿਬ ਦੇ ਲਾਇਕ ਹੈ ਵੀ ਹੈ ਜਾਂ ਨਹੀਂ ਹੈ ਅਸੀਂ ਸਿਰਫ ਛਪਾਈ ਕਰਕੇ ਭੇਟਾ ਲੈ ਕੇ ਪੰਜ ਸਿੰਘ ਬੁਲਾ ਕੇ ਮਹਾਰਾਜ ਦੇ ਸਰੂਪ ਦੇ ਰੰਦੇ ਲੋ ਜਾਓ ਵੀ ਲੈ ਜਾਓ ਤੇ ਜਾ ਕੇ ਪ੍ਰਕਾਸ਼ ਕਰ ਲੋ। ਧਰੂਰ ਤੇ ਕਿਉਂਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜੇ ਦੇਸ਼ ਦਾ ਪ੍ਰਧਾਨ ਮੰਤਰੀ ਜੇ ਦੇ ਕੇ ਸਟੇਟ ਦਾ ਚੀਫ ਮਨਿਸਟਰ ਜੇ ਕਿ ਜਗ੍ਹਾ ਤੇ ਜਾਂਦਾ ਨਾ ਤੇ ਉਹਦੀ ਸਿਕਿਉਰਟੀ ਪਹਿਲੇ ਟੈਟ ਕਰ ਦਿੱਤੀ ਜਾਂਦੀ ਏ ਸਿਕਿਉਰਟੀ ਦੇ ਨਾਲ ਚੈੱਕ ਕੀਤਾ ਜਾਂਦਾ ਕਿ ਸਾਡੇ ਲੀਡਰ ਨੂੰ ਇੱਥੇ ਆ ਕੇ ਕੋਈ ਖਤਰਾ ਤੇ ਨਹੀਂ ਤੇ ਇਹ ਤੇ ਜੰਨਨ ਉਸੇ ਕੰਨਿਆਂ ਕਿ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਯਾਨੀ ਕਿ ਪ੍ਰਧਾਨ ਮੰਤਰੀਆ 도 ਵੀ ਉੱਤੇ ਹੋਗੇ ਦੇਸ਼ਾਂ ਵਿਦੇਸ਼ਾਂ ਦੇ ਜਿੰਨੇ ਵੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਹਨਾਂ ਦੇ ਵੀ ਉੱਪਰ ਸਾਡੇ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਣਾ ਤੇ ਸਾਡਾ ਸ਼ਰਮਣੀ ਕਮੇਟੀ ਹੋਏ ਭਾਵੇਂ ਦਿੱਲੀ ਕਮੇਟੀ ਜਿਹੜੇ ਸਰੂਪ ਛਾਪਦੀ ਏ ਭਾਵੇਂ ਉਹ ਹੋਣ ਪਹਿਲਾ ਫਰਜ਼ ਬੰਦਾ ਕਿ ਜਿੱਥੇ ਸਰੂਪ ਜਾ ਰਿਹਾ ਉਸ ਸਰੂਪ ਦੇ ਜਿੱਥੇ ਜਾ ਕੇ ਵਿਰਾਜਮਾਨ ਕਰਨਾ ਹੈ ਉਹ ਜਗਾ ਗੁਰੂ ਸਾਹਿਬ ਦੇ ਲਾਇਕ ਬਣਾਈ ਵੀ ਹੈ ਕਿ ਨਹੀਂ ਬਣਾਈ ਪਤਾ ਲੱਗੇ ਜਿਸ ਤਰੀਕੇ ਨਾਲ ਗੋਠਾ ਪਿੰਡ ਵਿੱਚ ਪਾਣਾ ਵਾਪਰ ਗਿਆ ਉਸੇ ਤਰੀਕੇ ਨਾਲ ਕਿਤੇ ਰੱਖਿਆ ਜਾ ਰਿਹਾ ਤੇ ਉਹ ਭਾਈ ਸਾਹਿਬ ਅੱਜ ਵੀ ਇਹ ਪਾਣਾ ਵਾਪਰਿਆ ਤੇ ਆਉਣ ਵਾਲੇ ਸਮੇਂ ਚ ਵੀ ਪਤਾ ਨਹੀਂ ਕਿੰਨੀ ਵਾਰ ਵਾਪਰੇਗਾ ਫਿਰ ਅਸੀਂ ਲਕੀਰਾਂ ਪਿੱਟਦੇ ਰਹਿੰਦੇ ਕਿਉਂਕਿ ਸੱਪ ਦੇ ਨਿਕਲ ਗਿਆ ਹੁੰਦਾ ਜਿਹੜੀ ਗੋਠਾ ਪਿੰਡ ਦੇ ਵਿੱਚ ਘੜਨਾ ਵਾਪਰੀ ਏ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਹ ਜਿਹੜੇ ਸਖਸ਼ ਨੇ ਉੱਥੇ ਕੀਤੀ ਇਹ ਪਹਿਲੀ ਗੱਲ ਤੇ ਉਹ ਕੋਈ ਰਾਏ ਸਿੱਖ ਦੇ ਵਿੱਚੋਂ ਬਰਾਦਰੀ ਵਿੱਚੋਂ ਨਿਕਲ ਕੇ ਆ ਰਿਹਾ ਜੋ ਸਾਨੂੰ ਸੂਚਨਾ ਮਿਲੀ ਹੈ। ਦੂਸਰੀ ਗੱਲ ਕਿ ਉਹਨੇ ਸ਼ਰਾਬ ਦਾ ਨਸ਼ਾ ਦੱਬ ਕੇ ਕੀਤਾ ਹੋਇਆ ਸੀ ਔਰ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਰਨ ਭੇਟ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਵੀ ਕਹਿੰਦੇ ਕਿ ਉਹ ਅੱਗ ਲਗਾ ਕੇ ਉੱਥੇ ਪਹੁੰਚਿਆ ਸੀ। ਮਗਰ ਜਿਸ ਤਰ੍ਹਾਂ ਇਹ ਪਕੜਿਆ ਸੰਗਤਾਂ ਨੇ ਸੰਗਤਾਂ ਨੇ ਵੀ ਪੂਰੀ ਤਿਆਰੀ ਕਰ ਲਈ ਸੀ ਉਸ ਸਖਸ਼ ਨੂੰ ਵੀ ਪਟ્રોલ ਪਾ ਕੇ ਅੱਗ ਲਗਾਣ ਦੀ ਮਗਰ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਔਰ ਪ੍ਰਸ਼ਾਸਨ ਨੇ ਉਸ ਸਖਸ਼ ਨੂੰ ਆਪਣੇ ਹਵਾਲੇ ਲੈ ਲਿਆ ਉਸ ਤੋਂ ਬਾਅਦ ਉਹ ਸਖਸ਼ ਚੀਕਾ ਮਾਰ ਮਾਰ ਕੇ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਕਿ ਤੁਸੀਂ ਹਮੇਸ਼ਾ ਵੇਖਦੇ ਆਇਓ ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਬਾਅਦ ਚ ਫਿਰ ਗੋਹਾਰਾ ਲਗਾਉਂਦਾ ਕਿ ਮੈਨੂੰ ਮaaf ਕਰ ਦਿਓ ਮੈਂ ਨਸ਼ੇ 'ਚ ਸੀ ਜਾਂ ਮੇਰਾ ਦਿਮਾਗ ਸੈਟ ਨਹੀਂ ਸੀ ਜਾਂ ਉਹਨਾਂ ਦੇ ਪਰਿਵਾਰ ਵਾਲੇ ਆ ਜਾਂਦੇ ਨੇ ਕਿ ਇਹਦਾ ਦੇ ਭਾਈ ਸਾਹਿਬ ਦਿਮਾਗ ਨਹੀਂ ਸੈਟ ਐ ਤੇ ਦਵਾਈਆਂ ਖਾਂਦਾ ਪਿਆ ਸਮਝ ਨਹੀਂ ਆਉਂਦੀ ਕਿ ਸਿਰਫ ਗੁਰੂ ਘਰਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਅਸੀਂ ਬਾਅਦ 'ਚ ਲਕੀਰਾਂ ਪਿੱਟਦੇ ਰਹ ਜਾਂਦੇ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੇ ਗੁਨਾਹਗਾਰ ਸਾਡੀਆਂ ਆਪਣੀਆਂ ਕਮੇਟੀਆਂ ਜਿਹੜੀਆਂ ਕਮੇਟੀਆਂ ਮਹਾਰਾਜ ਦੇ ਸਰੂਪ ਬਿਨਾਂ ਸੋਚੇ ਸਮਝੇ ਇਹੋ ਜਿਹੇ ਲੋਕਾਂ ਨੂੰ ਦੇ ਰੰਨੇ ਨੇ ਜਿੱਥੇ ਕੀ ਸੰਗਤ ਦੀ ਆਵਾਜ਼ ਆਈ ਵੀ ਨਹੀਂ ਹੁੰਦੀ ਸਿਰਫ ਉੱਥੇ ਮਹਾਰਾਜਾ ਪ੍ਰਕਾਸ਼ ਕਰਕੇ ਗੋਲਕ ਅੱਗੇ ਰੱਖ ਦਿੱਤੀ ਜਾਂਦੀ ਏ ਕਿ ਆਂਦੀ ਜਨਤੀ ਜੋ ਵੀ ਸੰਗਤ ਆਵੇ ਉਸ ਗੋਲਕ ਤੇ ਪੈਸੇ ਪਾ ਕੇ ਜਾਵੇ ਸਿਰਫ ਅਸੀਂ ਗੋਲਕ ਦੇ ਲਾਲਚਾਂ ਪਿੱਛੇ ਮਹਾਰਾਜ ਦੇ ਸਰੂਪ ਉੱਥੇ ਦੇ ਰੰਨੇ ਆ ਜਿੱਥੇ ਕੀ ਅੰਗੈਲੀਆਂ ਹੁੰਦੀਆਂ ਔਰ ਬਾਅਦ ਚੋ ਮਹਾਰਾਜ ਦੇ ਸਰੂਪਾਂ ਦੀਆਂ ਬੇਜਮੀਆਂ ਹੁੰਦੀਆਂ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਵਲੁੰਧ ਰਿਆ ਜਾਂਦਾ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਜਿਸ ਤਰ੍ਹਾਂ ਤੁਸੀਂ ਨੀਂਦ ਤੋਂ ਜਾਗੇ ਹੋ ਤੇ ਫਿਲਮਾਂ ਦੀ ਸ਼ੂਟਿੰਗ ਤੇ ਟੀਵੀ ਸੀਰੀਲਾਂ ਤੇ ਤੁਸੀਂ ਮਹਾਰਾਜ ਦੇ ਸਰੂਪ ਦੇ ਪਾਬੰਦੀ ਲਗਾਈਏ ਉਸੇ ਤਰੀਕੇ ਨਾਲ ਪਾਬੰਦੀ ਇਹ ਵੀ ਲਗਾਈ ਜਾਏ ਕਿ ਹਰ ਕਹਿ ਸਖਸ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਜਾਏਗਾ ਸਰੂਪ ਦੇਣ ਤੋਂ ਪਹਿਲਾਂ ਉਹਦੀ ਇਨਕੁਆਰੀ ਕੀਤੀ ਜਾਏਗੀ ਕਿ ਗੁਰੂ ਸਾਹਿਬ ਉੱਥੇ ਜਾ ਕੇ ਸੁਰੱਖਿਤ ਹੈ ਜਾਂ ਨਹੀਂ ਹੈ ਸੰਗਤ ਮੇਰੀਆਂ ਗੱਲਾਂ ਦਾ ਸਹਿਮਤਾ ਤੇ ਸੰਗਤ ਨੂੰ ਬੇਨਤੀ ਵੱਧ ਚੜ ਕੇ ਸ਼ੇਅਰ ਕਰਕੇ ਸਾਡੀ ਇਸ ਆਵਾਜ਼ ਨੂੰ ਬੁਲੰਦ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ